ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਸਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੁਹਾੜਕਾ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਨਿਵਾਜੇ ਹੋਏ, ਜਿਨ੍ਹਾਂ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਉਹਨਾਂ ਤੋਂ ਬਾਅਦ ਬੇਨਤੀ ਹੈ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲੇ, ਉਹ ਆਪ ਜੀ ਨੂੰ ਹੁਣ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ। ਸੋ ਸਾਧ ਸੰਗਤ ਜੀ, ਉਚੇਚੇ ਤੌਰ ਦੇ ਉੱਤੇ ਅਸੀਂ ਇਹਨਾਂ ਦੋਨਾਂ ਜਥਿਆਂ ਨੂੰ ਸਿੱਖ ਡੇ ਪਰੇਡ ਦੇ ਸਮਾਗਮ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਬੁਲਾਇਆ ਹੈ। ਸੋ ਸਾਡੀ ਬੇਨਤੀ ਨੂੰ ਜਿੱਥੇ ਭਾਈ ਸਤਨਾਮ ਸਿੰਘ ਨੇ ਜਥੇ ਨੇ ਪ੍ਰਵਾਨ ਕੀਤਾ ਹੈ, ਭਾਈ ਗੁਰਚਰਨ ਸਿੰਘ ਜੀ ਰਸੀਆ ਆਪਣੇ ਸਾਰੇ ਰਜੀਵੇ ਛੱਡ ਕੇ ਸਾਡੇ ਪਾਸ ਪਹੁੰਚੇ ਨੇ ਲੁਧਿਆਣੇ ਵਾਲੇ, ਉਹਨਾਂ ਦਾ ਅਸੀਂ ਜਿੰਨਾ ਧੰਨਵਾਦ ਕਰੀਏ ਉਨਾ ਹੀ ਥੋੜ੍ਹਾ ਹੈ। ਪਿਛਲੇ ਫਲੋਟਾਂ ਦੇ ਉੱਤੇ ਸਿੱਖ ਪੰਥ ਦਾ ਸ਼੍ਰੋਮਣੀ ਢਾਡੀ ਜਥਾ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਸਾਗਰ, ਉਹ ਵੀ ਹਾਜ਼ਰੀ ਭਰ ਰਹੇ ਹਨ। ਮੈਂ ਸਮਝਦਾ ਹਾਂ ਸਿੱਖ ਕਲਚਰ ਸੁਸਾਇਟੀ ਦੀਆਂ ਸਮੁੱਚੀਆਂ ਸੰਗਤਾਂ ਦੇ ਨਾਲ, ਆਪ ਟ੍ਰਾਈ ਸਟੇਟ ਦੀਆਂ ਸਮੁੱਚੀਆਂ ਸੰਗਤਾਂ ਦਾ ਪਿਆਰ ਹੈ ਕਿ ਤੁਸੀਂ ਉਚੇਚੇ ਤੌਰ ਦੇ ਉੱਤੇ ਸਿੱਖ ਡੇ ਪਰੇਡ ਦੇ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹੋ, ਯੋਗਦਾਨ ਪਾਉਂਦੇ ਹੋ। ਪਿੱਛੇ ਨੂੰ ਨਜ਼ਰ ਜੇ ਦੇਖੀਏ, ਪਿੱਛੇ ਨੂੰ ਨਜ਼ਰ ਦੌੜਾਈਏ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅੰਤ ਹੀ ਕੋਈ ਨਹੀਂ ਹੈ। ਹਰ ਆ ਗਿਆ ਸੰਗਤ ਦਾ, ਹਰ ਪਾਸੇ ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ, ਖਾਲਸਾਈ ਜਾਹੋ ਜਲਾਲ, ਖਾਲਸਾਈ ਆਨ ਸ਼ਾਨ, ਖਾਲਸਾਈ ਰੂਪ ਪ੍ਰਗਟ ਹੋ ਰਿਹਾ ਹੈ। ਇਉਂ ਪ੍ਰਤੀਤ ਹੋ ਰਿਹਾ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤੇ ਸਨ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਉਹ ਰਾਜ ਨਿਊਯਾਰਕ ਦੀ ਧਰਤੀ ਦੇ ਉੱਤੇ ਖਾਲਸੇ ਦਾ ਹੋ ਗਿਆ ਹੈ। ਸੋ ਸਾਧ ਸੰਗਤ ਜੀ, ਇਹ ਤੁਹਾਡਾ ਸਹਿਯੋਗ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀਆਂ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਾਲ, ਜੋ ਆਪ ਜੀ ਹਰ ਸਾਲ ਸਿੱਖ ਡੇ ਪਰੇਡ ਨੂੰ ਇੰਨਾ ਭਰਵਾਂ ਹੁੰਗਾਰਾ ਦਿੰਦੇ ਹੋ। ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਲਗਾਤਾਰ ਸਮੁੱਚੇ ਪ੍ਰਬੰਧ ਦਾ ਜ਼ੋਰ ਲੱਗਾ ਹੋਇਆ ਸੀ ਕਿ ਇਹ ਸਮਾਗਮ ਜਿਹੜਾ ਚੜ੍ਹਦੀਆਂ ਕਲਾ ਨਾਲ ਹੋ ਨਿਬੜੇ। ਸੋ ਆਮ ਸੰਗਤਾਂ ਨੇ ਸਹਿਯੋਗ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦਾ ਇੱਕ ਹਿੱਸਾ ਹਾਂ, ਭਾਵੇਂ ਅਸੀਂ ਕਿਸੇ ਵੀ ਸਟੇਟ ਵਿੱਚ ਰਹਿੰਦੇ ਹਾਂ, ਪਰ ਸਾਡਾ ਪਿਆਰ ਜਿਹੜਾ ਉਹ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਨਾਲ ਦੀਵੇ ਤੇ ਬਾਤੀ ਵਾਲਾ ਪਿਆਰ ਹੈ, ਮੱਛੀ ਤੇ ਜਲ ਵਾਲਾ ਪਿਆਰ ਹੈ। ਸੋ ਇੰਨਾ ਜ਼ਿਆਦਾ ਹੰਗਾਰਾ, ਇੰਨਾ ਭਰਵਾਂ ਸਹਿਯੋਗ, ਜਿੰਨਾ ਅਸੀਂ ਆਸ ਨਹੀਂ ਕਰਦੇ ਤੁਸੀਂ ਉਸ ਤੋਂ ਵੱਧ ਸਾਨੂੰ ਪਿਆਰ ਦਿੰਦੇ ਹੋ, ਜਿੰਨਾ ਧੰਨਵਾਦ ਕਰੀਏ ਉਨਾ ਹੀ ਥੋੜ੍ਹਾ ਹੈ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੇਚੇ ਤੌਰ ਤੇ ਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਹੈ, ਸਮੁੱਚੀਆਂ ਸੁਸਾਇਟੀਆਂ, ਸਭਾਵਾਂ, ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਵੱਲੋਂ ਇਸ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਆਪਣੇ ਫਲੋਟ ਲੈ ਕੇ, ਆਪਣੀਆਂ ਸੰਗਤਾਂ ਲੈ ਕੇ, ਬੱਸਾਂ ਲੈ ਕੇ ਤੁਸੀਂ ਚੇਚੇ ਤੌਰ ਦੇ ਉੱਤੇ ਪਾਏ ਹੋ, ਜਿੰਨਾ ਜਿੰਨਾ ਰਾਹ ਤੋਂ ਤੁਸੀਂ ਤੁਰ ਕੇ ਆਏ ਹੋ, ਅਸੀਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਉਹਨਾਂ ਰਾਹਾਂ ਨੂੰ ਨਮਸਕਾਰ ਕਰਦੇ ਹਾਂ, ਤੁਹਾਡੇ ਇੱਕ ਇੱਕ ਕਦਮ ਤੋਂ ਸਦਕੇ ਜਾਂਦੇ ਹਾਂ ਕਿ ਤੁਸੀਂ ਖਾਲਸੇ ਦੇ ਇਸ ਦਿਹਾੜੇ ਦੇ ਉੱਤੇ, ਸਿੱਖੀ ਆਉਣ ਸ਼ਾਨ ਵਾਲੇ ਇਸ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸਿੱਖ ਡੇ ਪਰੇਡ ਰੂਪੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਜਿੰਨਾ ਅਸੀਂ ਉੱਠ ਕੇ ਪਿੱਛੇ ਨੂੰ ਦੇਖ ਰਹੇ ਹਾਂ, ਫਲੋਟ ਹੀ ਨਜ਼ਰ ਆ ਰਹੇ ਨੇ ਤੇ ਸੰਗਤ ਹੀ ਨਜ਼ਰ ਆ ਰਹੀ ਹੈ। ਮੈਨੂੰ ਲੱਗਦਾ ਹੈ ਕਿ ਸਿੱਖ ਡੇ ਪਰੇਡ ਦੀ ਸਮਾਪਤੀ ਹੋ ਜਾਣੀ ਹੈ 23 ਸਟਰੀਟ ਦੇ ਉੱਤੇ ਜਾ ਕੇ, ਪਰ ਸੰਗਤ ਹਾਲੇ ਪਿੱਛੋਂ ਤੁਰਨੀ ਨਹੀਂ, ਇੰਨੀ ਸੰਗਤ ਜ਼ਿਆਦੀ ਹੈ, ਲੱਖਾਂ ਦੀ ਤਾਦਾਦ ਵਿੱਚ ਤੁਸੀਂ ਸਾਰੇ ਪਹੁੰਚੇ ਹੋ। ਮੀਡੀਆ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੋ ਅਮਰੀਕਾ, ਕੈਨੇਡਾ, ਇੰਡੀਆ ਅਤੇ ਹੋਰ ਵੱਖ ਵੱਖ ਦੇਸ਼ਾਂ ਦੇ ਵਿੱਚ ਇਹ ਸਿੱਖ ਡੇ ਪਰੇਡ ਨੂੰ ਲਾਈਵ ਦਿਖਾ ਰਹੇ ਹਨ। ਤੁਸੀਂ ਬਹੁਤ ਸਾਡਾ ਸਹਿਯੋਗ ਦਿੱਤਾ ਹੈ, ਬਹੁਤ ਐਡਵਰਟਾਈਜਮੈਂਟ ਕੀਤੀ ਹੈ ਔਰ ਕਮੇਟੀ ਦਾ ਭਰਵਾਂ ਸਹਿਯੋਗ ਦੇ ਕੇ ਤੁਸੀਂ ਇਸ ਪਰੇਡ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ, ਅਸੀਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਆਪ ਦਾ ਧੰਨਵਾਦ ਹੈ। ਫਿਰ ਇੱਕ ਵਾਰ ਖਾਲਸਾਈ ਬੋਲਬਾਲਿਆਂ ਦੀ ਗੁਜਾਰ ਪਾਈਏ, ਸਾਰੇ ਉੱਚੀਆਂ ਬਾਹਾਂ ਕਰਕੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸਤਿਗੁਰੂ ਜੀ ਦੇ ਇਹ ਨਿਸ਼ਾਨ ਝੰਡੀਆਂ ਹਨ, ਉਹ ਝੰਡੀਆਂ ਤਾਂ ਚੁੱਕ ਕੇ ਬੋਲਿਓ ਜੀ, ਦੇਖ ਤੇਗ, ਦੇਖ ਤੇਗ, ਦੇਖ ਤੇਗ, ਪੰਤ ਕੀ ਜੈ, ਪੰਤ ਕੀ ਜੈ। ਬਾਹਾਂ ਖੜੀਆਂ ਕਰਕੇ ਸਾਧ ਸੰਗਤ ਜੀ ਝੰਡੀਆਂ ਹਿਲਾ ਕੇ, ਪੰਤ ਕੀ ਜੈ, ਪੰਤ ਕੀ ਜੈ, ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ, ਝੂਠ ਤੇ ਨਿਸ਼ਾਨ ਰਹੇ, ਝੂਠ ਤੇ ਨਿਸ਼ਾਨ ਰਹੇ, ਲੋਕ ਤੇ ਦੀਵਾਨ ਰਹੇ, ਲੋਕ ਤੇ ਦੀਵਾਨ ਰਹੇ, ਦੇਖ ਤੇ, ਦੇਖ ਤੇ,
ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸੋ ਸਾਧ ਸੰਗਤ ਜੀ ਸਿੱਖ ਪੰਥ ਦੇ ਨਾਮਵਰ ਕੀਰਤਨੀਏ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲੇ ਉਹਨਾਂ ਨੇ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਾ ਉਹਨਾਂ ਤੋਂ ਪਹਿਲਾਂ ਗੁਰੂ ਘਰ ਦੇ ਸੈਕਟਰੀ ਸਾਹਿਬਾਨ ਆਪ ਜੀ ਨੂੰ ਜ਼ਰੂਰੀ ਬੇਨਤੀ ਕਰਨੀ ਚਾਹੁੰਦੇ ਹਨ ਸੋ ਉਹਨਾਂ ਪਾਸੋਂ ਬੇਨਤੀ ਸਰਵਣ ਕਰੀਏ ਉਪਰੰਤ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਧੰਨਵਾਦੀ ਹਾਂ ਤੁਹਾਡੇ।